ਜ਼ਿਆਦਾ ਪ੍ਰੋਬਲਮ ਸੀਵਰੇਜ ਦੀ, ਪਾਣੀ ਦੀ ਔਰ ਲਾਈਟਾਂ ਦੀ ਹੈ, ਬਿਜਲੀ ਦੀ ਵਾਇਰਾਂ ਨੀਚੇ ਹੈਗੀਆਂ, ਤਾਂ ਅਸੀਂ ਸਭ ਤੋਂ ਪਹਿਲੇ ਕੰਮ ਇਹੀ ਕਰਾਉਣੇ ਹੈਗੇ, ਜਿਹੜੇ ਮੇਨ ਪ੍ਰੋਬਲਮ ਜਿਹੜੀ ਸਾਡੀ ਪਬਲਿਕ ਨੂੰ ਮੇਨ ਫੇਸ ਕਰਨਾ ਪੈ ਰਿਹਾ ਹੈਗਾ। ਤੁਸੀਂ ਇੱਥੇ ਦੇਖਿਓ ਹੋਣਾ ਨਵਜੀਵਨ ਮਾਰਕੀਟ ਰੱਖਿਆ ਗਿਆ, ਉੱਥੇ ਕਿੰਨਾ ਕਿੰਨਾ ਪਾਣੀ ਹੈਗਾ। ਇਹ ਇੰਨੇ 21 ਸਾਲਾਂ 'ਚ ਇਹਨਾਂ ਨੇ ਕੋਈ ਵਿਕਾਸ ਨਹੀਂ ਕੀਤਾ, ਕੁਛ ਨਹੀਂ ਕੀਤਾ ਹੈਗਾ। ਅਤੇ ਹੁਣ ਇਸ ਵਾਰੀ ਅਸੀਂ ਸਿਰਫ ਆਪਣੀ ਪਬਲਿਕ 'ਤੇ ਇੱਕ ਸਾਲ ਮੰਗ ਰਹੇ ਹਾਂ, ਸਾਨੂੰ ਇੱਕ ਸਾਲ ਦੇ ਆਪਣੇ, ਤਾਂ ਅਸੀਂ ਇੱਕ ਸਾਲ ਦੇ ਵਿੱਚ ਸਭ ਤੋਂ ਪਹਿਲੇ ਕੰਮ ਸੀਵਰੇਜ ਦਾ ਹੀ ਕਰਨਾ ਹੈ। ਸਾਡਾ ਸਭ ਤੋਂ ਕੰਮ ਪਹਿਲਾਂ ਹੈ ਇੱਥੇ ਸਾਡੇ ਗਰੀਬਾਂ, ਜਿਹੜੇ ਗਰੀਬ ਭੈਣ ਭਰਾ ਹੈ, ਝੁੱਗੀ ਚੌਪੜੀ ਵਾਲੇ ਹੈ, ਉਹਨਾਂ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ, ਸਰਕਾਰ ਨਾਲ ਡਿਮਾਂਡ ਰੱਖਾਂਗੇ ਵੀ ਇਹਨਾਂ ਨੂੰ ਝੁੱਗੀ ਚੌਪੜੀਆਂ ਬਣਾਈ ਜਾਏ। ਔਰ ਸਾਡਾ ਕੰਮ ਸੀਵਰੇਜ ਦਾ ਕੰਮ ਹੈ ਜਿਹੜਾ ਇੱਥੇ ਕਈ ਸਾਲਾਂ ਤੋਂ ਬੰਦ ਹੈ। ਅਸੀਂ ਇੱਥੇ 24 ਇੰਚ ਦੀ ਪੈਪ ਪਾਉਣ ਵਾਸਤੇ ਸਰਕਾਰ ਨਾਲ ਰਿਕੁਐਸਟ ਕੀਤੀ ਹੈ, ਉਹਦਾ ਸਾਰਾ ਕੰਮ ਹੋ ਗਿਆ। ਔਰ ਇੱਥੇ ਬਿਜਲੀ ਦੀ ਤਾਰਾਂ ਹੈ ਜਿਹੜੀ ਅਸੀਂ ਅੰਡਰਗਰਾਊਂਡ ਕਰਾਵਾਂਗੇ। ਔਰ ਇੱਥੇ ਕਾਫੀ ਕੰਮ ਹੈ ਸੜਕਾਂ ਦੇ, ਸੜਕਾਂ ਨਵੀਂ ਬਣਾਵਾਂਗੇ, ਬੱਚਿਆਂ ਵਾਸਤੇ ਪਾਰਕ ਬਣਾਵਾਂਗੇ, ਡਿਸਪੈਂਸਰੀ ਬਣਾਵਾਂਗੇ। ਔਰ ਜਿਹੜੇ ਮੇਰੇ ਨਵੇਂ ਭੈਣ ਭਰਾ ਨੇ, ਜਿਹੜੀ ਕੁੜੀਆਂ ਸਾਡੀ ਭੈਣਾਂ ਨੇ, ਜਵਾਨ ਧੀਆਂ, ਉਹਨਾਂ ਵਾਸਤੇ ਇੱਥੇ ਵਿਆਹ ਵਾਸਤੇ ਕਮਿਊਨਿਟੀ ਸੈਂਟਰ ਦੀ ਡਿਮਾਂਡ ਹੈ। ਅੱਛਾ, ਇੱਥੇ ਇੱਕ ਗੱਲ ਪੁੱਛਣਾ, ਜਿਹੜੇ ਇੱਥੇ ਦੇ ਪਹਿਲਾਂ ਜਿਹੜੇ MCC ਉਹਨਾਂ ਨੇ ਕਿਹੜੇ ਕੰਮ ਕਰਵਾਏ ਸੀ? ਇੱਥੇ ਦੇ ਜਿਹੜੇ MCC ਉਹ ਮੈਂ ਦੇਖ ਰਿਹਾ ਪੂਰੇ 5 ਸਾਲਾਂ ਤੋਂ ਇੱਥੇ ਕਦੀ ਵੜੇ ਹੀ ਨਹੀਂ ਹੈ। ਕੋਈ ਉਹਨੇ ਬਿਜ਼ਨਸ ਕੀਤਾ ਸੀਗਾ, ਕਹਿੰਦੇ ਜੀ ਉਹਨੂੰ 2 ਕਰੋੜ ਰੁਪਏ ਦਾ ਘਾਟਾ ਪੈ ਗਿਆ, ਉਹ ਪਾਗਲ ਹੋ ਗਿਆ। ਪਰ ਇਲੈਕਸ਼ਨ ਆਏ ਆ, ਲੋਕ ਉਸ ਕੋਲ ਜਾਂਦੇ ਜੀ ਵੀ ਮੰਗੜ ਸਾਹਿਬ ਕੰਮ ਕਰਾਓ, ਉਹਦੇ ਘਰ ਦੇ ਕਹਿੰਦੇ ਜੀ ਉਹ ਪਾਗਲ ਹੈ, ਉਹ ਪਛਾਣਦਾ ਨਹੀਂ ਜੀ ਕਿਸੇ ਨੂੰ। ਅੱਜ ਇਲੈਕਸ਼ਨ ਆ ਗਏ ਹੈ, ਉਹਦਾ ਦਿਮਾਗ ਪਤਾ ਨਹੀਂ ਕਿੱਥੋਂ ਆ ਗਿਆ, ਮੈਨੂੰ ਲੱਗਦਾ ਡਰਾਮੇਬਾਜ਼ੀ ਸੀ। ਅੱਜ ਉਹ ਬੜਾ ਖੁਸ਼ ਹੋ ਕੇ ਵੋਟਾਂ ਮੰਗ ਰਿਹਾ, 5 ਸਾਲਾਂ ਬਾਅਦ ਕੰਮ ਵੀ ਕਰਵਾ ਰਿਹਾ, ਲੋਕਾਂ ਨੂੰ ਦਿਖਾਵਾ ਦਿਖਾ ਰਿਹਾ, ਡਰਾਮੇਬਾਜ਼ੀ ਕਰ ਰਿਹਾ। ਅੱਛਾ, ਤੁਸੀਂ ਇੱਥੇ ਦੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਮੈਂ ਇੱਥੇ ਦੇ ਵੋਟਰਾਂ ਨੂੰ ਇਹੀ ਅਪੀਲ ਕਰਾਂਗਾ, ਅਗਰ ਪਵਨ ਨਹਿਰੂ ਨੇ ਕੰਮ ਕਰਾਇਆ ਤਾਂ ਤੁਸੀਂ ਵੋਟ ਪਾਓ, ਅਗਰ ਨਹੀਂ ਕੰਮ ਕਰਾਇਆ ਤਾਂ ਤੁਸੀਂ ਨਾ ਵੋਟ ਪਾਓ। ਪਰ ਇਹਨਾਂ ਚੋਰਾਂ ਤੋਂ, ਇਹਨਾਂ ਫਰੀਬੀਆਂ ਤੋਂ ਬਚੋ, ਜਿਹੜੇ ਵੋਟਾਂ ਮੰਗ ਕੇ ਫਿਰ ਤੁਹਾਡਾ ਇਲਾਕਾ ਛੱਡ ਕੇ ਭੱਜਣਗੇ। ਤੁਸੀਂ ਕੀ ਕਹਿਣਾ ਚਾਹੁੰਦੇ ਇੱਥੇ ਦੇ ਵੋਟਰਾਂ ਨੂੰ? ਜੀ ਪਵਨ ਨਹਿਰੂ ਜੀ ਨੇ ਆਪਣੇ NGO ਕੇ ਥਰੂ ਮੈਂ ਬਹੁਤ ਸਾਰੇ ਕੰਮ ਕਰਾਏ, ਠੀਕ ਹੈ, ਕਿ ਇਹ ਪਾਵਰ ਮੈਂ ਨਹੀਂ ਹੋਤੇ ਹੋਏ ਵੀ ਅਭੀ ਹਮ ਚਾਹ ਰਹੇ ਕਿ ਨਹਿਰੂ ਜੀ ਔਰ ਇਨਕੀ ਮਿਸਿਜ ਜੋ ਹੈ ਪਾਵਰ ਮੈਂ ਆਏ, ਤਾਂ ਕਿ ਇਹ ਜ਼ਿਆਦਾ ਸੇ ਜ਼ਿਆਦਾ ਪਬਲਿਕ ਕਾ ਕਾਮ ਕਰਾ ਪਾਏ। ਅਭੀ ਜੋ ਕਾਫੀ ਟਾਈਮ ਸੇ ਯਹਾਂ ਪੇ ਜੋ ਸੀਵਰੇਜ ਕੀ ਪ੍ਰੋਬਲਮ ਥੀ, ਤੋ ਪਵਨ ਨਹਿਰੂ ਜੀ ਇੱਕ ਵੋ ਸ਼ਖਸ ਹੈ ਜਿਨ੍ਹੋਂਨੇ ਹਾਈ ਕੋਰਟ ਮੇਂ ਇਸਕਾ ਕੇਸ ਕੀਆ, ਔਰ ਵੋ ਹਾਈ ਕੋਰਟ ਸੇ ਬਕਾਇਦਾ ਕਮੇਟੀ ਦਫਤਰ ਕੋ ਮਾਰਕ ਹੋਈ ਵਹਾਂ ਸੇ ਐਪਲੀਕੇਸ਼ਨ, ਔਰ ਇਹ ਸਭਸੇ ਪਹਿਲੇ ਐਸੇ ਸ਼ਖਸ ਬਣੇ ਜਿਨ੍ਹੋਂਨੇ ਇੱਕ ਸ਼ਿਵਾਲੀ ਬਿਹਾਰ ਕੇ ਪੂਰੇ ਜ਼ੀਰਕਪੁਰ ਕੇ ਨਿਸ਼ਪਕਸ ਕਾਮ ਕੀਆ। ਆਪ ਇੰਟਰੀ ਸੇ ਪਤਾ ਕਰ ਸਕਤੇ ਹੈਂ, ਦੇਖ ਸਕਤੇ ਹੈਂ ਕਿ ਆਹ 27 ਨੰਬਰ ਵਾਰਡ ਇੱਕ ਅਲੱਗ ਚਮਕਤਾ ਹੈ। ਤੋ ਮੇਰੀ ਸਭੀ ਵੋਟਰੋ ਸੇ ਯਹੀ ਅਪੀਲ ਹੈ ਕਿ ਆਪ ਸਿਰਫ ਕਾਮ ਕੇ ਆਧਾਰ ਪੇ ਵੋਟ ਦੇ, ਔਰ ਕਾਮ ਅਗਰ ਜੋ ਕਿਸੇ ਨੇ ਕਿਹਾ ਹੈ ਤੋ ਉਹ ਪਵਨ ਨਹਿਰੂ ਔਰ ਰੇਨੂ ਨਹਿਰੂ ਜੀ ਦੁਆਰਾ ਕਿਹਾ ਗਿਆ ਹੈ। ਤੋ ਹਮਾਰੀ ਸਭਸੇ ਯਹੀ ਅਪੀਲ ਹੈ ਕਿ ਆਪ ਸਿਰਫ ਰੇਨੂ ਨਹਿਰੂ ਜੀ ਕੋ ਵੋਟ ਕਰੇ ਔਰ ਉਹਨੇ ਭਾਰੀ ਮਤੋਂ ਸੇ ਵਿਜੇ ਬਣਾਏ।